ਮੇਰਾ ਸ਼ਨਾਖਤੀ ਕਾਰਡ ਪਾਸੀਆਂ ਪਿੰਡ ਨਾਦਰਾ ਸੈਕਟਰ ਦੇ ਵਿੱਚ ਬਣਿਆ ਹੈ। ਇਹ ਦਫ਼ਤਰ ਰੈਮੰਡ ਰੋਡ ਦੇ ਉੱਤੇ ਆ ਤੇ ਮੈਂ ਜੀਆ ਬੱਗਾ ਪਿੰਡ ਤਹਿਸੀਲ ਰਾਏਵਿੰਡ ਜ਼ਿਲ੍ਹਾ ਲਾਹੌਰ ਸੂਬਾ ਪੰਜਾਬ ਪਾਕਿਸਤਾਨ ਦਾ ਮੈਂ ਰਹਿਣ ਵਾਲਾ ਹਾਂ। ਮੈਂ 2009 ਦੇ ਵਿੱਚ ਐਲੇ ਅਜੀਤ ਹੋਇਆ ਤੇ ਮੇਰੇ ਪਿੰਡ ਦੇ ਵਿੱਚ ਜਮਾਤਾਬਾਦ ਦੇ ਜਲਸੇ ਦੇ ਤਕਰੀਰਾਂ ਵੀ ਹੁੰਦੀਆਂ ਰਹੀਆਂ। ਇਹ ਮੈਂ ਸੁਣਦਾ ਰਿਹਾ। ਇਸ ਤੋਂ ਬਾਅਦ ਮੈਂ ਅਬਦੁਲ ਰਹਿਮਾਨ ਮੱਕੀ, ਸੈਫੁੱਲਾ ਖਾਲਦ, ਸਿਗਰੇ ਫਰੋਕੇ ਤੇ ਉਸ ਤੋਂ ਬਾਅਦ ਸ਼ੇਖ ਯਕੂਬ ਨੂੰ ਵੀ ਮਿਲਿਆ। ਜਮਾਤਾਬਾਦ ਦੇ ਬਿਲਾਲ ਤੇ ਅਬਦੁਲ ਰਹੀਮ ਤੇ ਅਬਦੁੱਲਾ ਇਹ ਵੀ ਸਾਡੇ ਪਿੰਡ ਦੇ ਵਿੱਚ ਆ ਕੇ ਤਕਰੀਰਾਂ ਤੇ ਵੀਡੀਓ ਵੀ ਦਿਖਾਉਂਦੇ ਰਹੇ ਕਿ ਹਿੰਦੁਸਤਾਨ ਦੀ ਫੌਜ ਤੇ ਪੁਲਿਸ ਮੁਸਲਮਾਨਾਂ ਤੇ ਕਿਸ ਤਰ੍ਹਾਂ ਜ਼ੁਲਮ ਕਰਦੀ ਏ। ਇਹ ਸਾਨੂੰ ਵੀਡੀਓ ਦਿਖਾਉਂਦੇ ਰਹੇ ਤੇ ਇਹਨਾਂ ਇਹ ਵੀ ਆਖਿਆ ਕਿ ਹੁਣ ਸਾਨੂੰ ਜਿਹਾਦ ਕਰਨਾ ਜ਼ਰੂਰੀ ਏ, ਹੁਣ ਵਕਤ ਆ ਗਿਆ ਹੈ ਤੇ ਹਿੰਦੁਸਤਾਨ ਦੇ ਵਿੱਚ ਜਾ ਕੇ ਅਸੀਂ ਜਿਹਾਦ ਕਰਨਾ ਏ ਤੇ ਇਸਲਾਮੀ ਹਕੂਮਤ ਹੁਣ ਅਸੀਂ ਲਿਆਉਣੀ ਏ ਤੇ ਇਹ ਸਾਨੂੰ ਦੱਸਦੇ ਸਨ ਤੇ ਅਸੀਂ ਇਹਨਾਂ ਦੇ ਨਾਲ ਲੱਗ ਗਿਆ ਮੈਂ ਤੇ ਬਿਲਾਲ ਤੇ ਅਬਦੁੱਲਾ। ਜਦੋਂ ਸਾਡੇ ਪਿੰਡ ਦੇ ਵਿੱਚ ਆਉਂਦੇ ਤੇ ਇਹ ਮੈਨੂੰ ਦੱਸਦੇ ਕਿ ਹਾਂ ਵੀ ਕਿ ਤੂੰ ਜਮਾਤਾਬਾਦ ਵਾਸਤੇ ਜਿਹਾਦ ਫੰਡ ਹੁਣ ਇਕੱਠਾ ਕਰਕੇ ਸਾਨੂੰ ਦਿਆ ਕਰ ਤੇ ਮੈਂ ਇਹਨਾਂ ਨੂੰ ਜਿਹਾਦ ਫੰਡ ਇਕੱਠਾ ਕਰਕੇ ਦਿੰਦਾ ਰਿਹਾ ਤੇ ਇਹਨਾਂ ਤੋਂ ਬਾਅਦ ਮੈਂ ਇਹਨਾਂ ਦੇ ਨਾਲ ਪ੍ਰੋਫੈਸਰ ਆਪ ਤੇਈ ਦੇ ਮਰਕਜ਼ ਅਲਕਾਸੀਆ ਦੇ ਵਿੱਚ ਵੀ ਗਿਆ। ਜਮਾਤਾਬਾਦ ਦੇ ਬਿਲਾਲ ਤੇ ਅਬਦੁਲ ਰਹੀਮ ਨੇ ਮੈਨੂੰ ਜਿਹਾਦ ਕਰਨ ਵਾਸਤੇ ਤਿਆਰ ਕੀਤਾ ਤੇ ਮੈਂ ਲਸ਼ਕਰ ਸਾਹਿਬਾਂ ਦੇ 3 ਟ੍ਰੇਨਿੰਗ ਕੈਂਪਾਂ ਦੇ ਵਿੱਚ ਵੀ ਗਿਆ ਟ੍ਰੇਨਿੰਗ ਕਰਨ ਵਾਸਤੇ। ਜਿਹੜੀ ਪਹਿਲੀ ਟ੍ਰੇਨਿੰਗ ਕੀਤੀ ਇਹਦਾ ਨਾਮ ਦੌਰਾ ਤਲਬਾ ਸੀ। ਇਹ 2012 ਦੇ ਵਿੱਚ ਮੈਂ ਕੀਤੀ ਤੇ ਮਾਨਸਿਰਾ ਦੇ ਪੁਆਇੰਟ 2 ਕੈਂਪ ਦਾ ਨਾਮ ਹੈ ਜਿੱਥੇ ਅਸੀਂ ਇਹ ਟ੍ਰੇਨਿੰਗ ਕੀਤੀ ਤੇ ਇਸ ਟ੍ਰੇਨਿੰਗ ਦੇ ਵਿੱਚ ਅਸੀਂ 50 ਤੋਂ 60 ਮੁੰਡੇ ਸਾਂ ਤੇ ਉਸ ਤੋਂ ਬਾਅਦ ਜਿਹੜੀ ਦੂਸਰੀ ਟ੍ਰੇਨਿੰਗ ਕੀਤੀ ਤੇ ਇਹਦਾ ਨਾਮ ਦੌਰਾ ਆਮਾ ਸੀ ਤੇ ਇਸ ਟ੍ਰੇਨਿੰਗ ਦੇ ਵਿੱਚ ਸਾਨੂੰ ਮੁਜ਼ਫਰਾਬਾਦ ਦੇ ਵਿੱਚ ਟ੍ਰੇਨਿੰਗ ਕੈਂਪੇਨ ਦਾ ਨਾਮ ਮਾਸਕਰ ਅਕਸਾ ਹੈ। ਇਸ ਦੇ ਵਿੱਚ ਮੈਂ 2014 ਦੇ ਵਿੱਚ ਟ੍ਰੇਨਿੰਗ ਕੀਤੀ ਤੇ ਇਸ ਤੋਂ ਬਾਅਦ ਮੈਂ ਫਲਾਈ ਇਨਸਾਨੀਅਤ ਫਾਊਂਡੇਸ਼ਨ ਦੇ ਵਿੱਚ ਵੀ ਕੰਮ ਕੀਤਾ ਜਿਹੜਾ ਜਮਾਤਾਬਾਦ ਦਾ ਇੱਕ ਸ਼ੋਭਾ ਹੈ। ਇਹਦੇ ਵਿੱਚ ਮੈਂ 3 ਮਹੀਨੇ ਕੰਮ ਕੀਤਾ ਤੇ 3 ਮਹੀਨਿਆਂ ਦੇ ਵਿੱਚ ਮੈਨੂੰ 10,000 ਰੁਪਇਆ ਦਿੱਤਾ ਤੇ ਇਹ ਦਫ਼ਤਰ ਇਹਨਾਂ ਦਾ ਲਾਹੌਰ ਅਲਬਰਟੀ ਗੋਲ ਚੱਕਰ ਗੁਲਮਰਗ ਦੇ ਵਿੱਚ। ਤੇ ਇਸ ਤੋਂ ਬਾਅਦ ਫਿਰ ਇਹਨਾਂ ਦਾ ਇੱਕ ਕਮਾਂਡਰ ਜਿਹਦਾ ਨਾਮ ਲਸ਼ਕਰ ਤੈਬਾ ਦੇ ਕਮਾਂਡਰ ਸੀ ਜਿਹਦਾ ਨਾਮ ਅਬੂ ਕਾਸਮ ਸੀ। ਇਹ ਜੰਮੂ ਕਸ਼ਮੀਰ ਦੇ ਵਿੱਚ ਭਾਰਤ ਦੀ ਫੌਜ ਨੇ ਇਹਨੂੰ ਮਾਰ ਦਿੱਤਾ ਤੇ ਇਸ ਗਰਬਾਨੀ ਨਮਾਜ਼ੀ ਜਨਾਜ਼ਾ ਮਹਾਫਲ ਮੁਹੰਮਦ ਸਈਦ ਨੇ 62 ਤੱਕ ਮਾਂਗਾ ਪਿੰਡ ਦੇ ਵਿੱਚ ਪੜਾਇਆ ਤੇ ਇਹਦੇ ਵਿੱਚ ਮੈਂ ਤੇ ਨਾਲ ਮੇਰੇ 3 ਸਾਥੀ ਹੋਰ ਸਨ ਜਿਹੜੇ ਅਸੀਂ ਸ਼ਾਮਲ ਹੋਏ ਤੇ 2016 ਦੀ ਗਰਮੀਆਂ ਦੇ ਸ਼ੁਰੂ ਦੇ ਵਿੱਚ ਲਸ਼ਕਰ ਸਾਹਿਬਾਂ ਫਿਰ ਦੁਬਾਰਾ ਤੋਂ ਯਾਨੀ ਕਿ ਹਰਕਤ ਦੇ ਵਿੱਚ ਤੇਜ਼ੀ ਆ ਗਈ ਤੇ ਇਹਨਾਂ ਨੇ ਮੁੰਡਿਆਂ ਨੂੰ ਲੜਕਿਆਂ ਨੂੰ ਇਹ ਆਖਿਆ ਕਿ ਹਾਂ ਵੀ ਹੁਣ ਯਾਦ ਕਰਨਾ ਹੈ ਤੇ ਇਹਨਾਂ ਸਾਨੂੰ ਟ੍ਰੇਨਿੰਗ ਦਾ ਆਖਿਆ ਤੇ ਟ੍ਰੇਨਿੰਗ ਦੇ ਵਿੱਚ ਮੈਂ 2016 ਦੇ ਵਿੱਚ ਅਪ੍ਰੈਲ ਦੇ ਵਿੱਚ ਟ੍ਰੇਨਿੰਗ ਵਾਸਤੇ ਗਿਆ ਤੇ ਇਹਦੇ ਵਿੱਚ ਅਸੀਂ 20 ਤੋਂ 25 ਮੁੰਡੇ ਸਾਂ। ਇਸ ਟ੍ਰੇਨਿੰਗ ਕੈਂਪ ਦਾ ਜਿਹੜਾ ਅਮੀਰ ਸੀ ਇਹ ਟ੍ਰੇਨਿੰਗ ਕੈਂਪ ਮੁਜ਼ਫਰਾਬਾਦ ਦੇ ਵਿੱਚ ਇਹਦਾ ਨਾਮ ਤਬੂਕ ਕੈਂਪ ਹੈ।
ਇਹਦੇ ਵਿੱਚ ਜਿਹੜਾ ਇਹਦਾ ਮੇਲ ਹੈ ਉਹ ਅਪਰਸਾਦ ਤੇ ਉਸ ਤੋਂ ਬਾਅਦ ਫੁਰਕਾਨ ਹੈ ਤੇ ਜਿਹੜੇ ਸਾਨੂੰ ਇਹਦੇ ਵਿੱਚ ਟ੍ਰੇਨਿੰਗ ਦਿੱਤੀ ਗਈ ਉਹ 47 ਦੀ ਸੀ ਔਰ ਪਿਸਟਲ ਦੀ GPS ਦੀ ਤੇ ਨਕਸ਼ੇ ਦੀ ਮੈਟਰ ਸ਼ੀਟ ਦੀ ਤੇ ਵਾਇਰਲੈਸ ਸੈੱਟ ਦੀ ਇਹਨਾਂ ਦੀ ਸਾਨੂੰ ਇੱਥੇ ਟ੍ਰੇਨਿੰਗ ਦਿੱਤੀ ਗਈ ਤੇ ਇਸ ਟ੍ਰੇਨਿੰਗ ਦੇ ਵਿੱਚ ਸਾਨੂੰ ਇਹ ਵੀ ਦੱਸਿਆ ਕਿ ਹਾਂ ਵੀ ਜਿਹੜੇ ਪਠਾਨ ਮੁੰਡੇ ਨੇ ਤੇ ਇਹਨਾਂ ਨੂੰ ਅਫਗਾਨਿਸਤਾਨ ਦੇ ਵਿੱਚ ਜਿਹਾਦ ਕਰਨ ਵਾਸਤੇ ਭੇਜਿਆ ਜਾਏਗਾ ਤੇ ਸਾਨੂੰ ਇੰਡੀਆ ਦੇ ਵਿੱਚ ਜਿਹਾਦ ਕਰਨ ਵਾਸਤੇ ਭੇਜਿਆ ਜਾਏਗਾ ਤੇ ਇਸ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਜਿਹੜਾ ਸਾਧ ਇਹ ਸਾਨੂੰ ਡੈਟ ਤੇ ਲੈ ਕੇ ਆਇਆ ਲਸ਼ਕਰ ਦੀ ਜਿਹੜਾ ਮੰਡਾ ਕੋਲੀ ਪਿੰਡ ਦੇ ਕੋਲ ਲਸ਼ਕਰ ਦੀ ਡੈਟ ਹੈ ਤੇ ਇਸ ਡੈਟ ਦਾ ਜਿਹੜਾ ਅਮੀਰ ਸੀ ਉਹ ਅਬੂ ਹੈਦਰ ਸੀ ਤੇ ਇਹ ਸਾਨੂੰ 3-4 ਮੁੰਡਿਆਂ ਨੂੰ ਇੱਥੇ ਲੈ ਕੇ ਆਇਆ ਤੇ ਆਪ ਸਾਨੂੰ ਛੱਡ ਕੇ ਵਾਪਸ ਚਲਾ ਗਿਆ ਤੇ ਅਬੂ ਹੈਦਰ ਨੇ ਸਾਨੂੰ 2-3 ਦਿਨ ਗੂਗਲ ਮੈਪ ਪੜਾਇਆ ਤੇ ਉਹਦੇ ਵਿੱਚ ਸਾਨੂੰ ਇਹ ਦੱਸਿਆ ਕਿ ਹਾਂ ਵੀ ਜਿਸ ਰਸਤੇ ਸਾਨੂੰ ਤੁਸੀਂ ਜਾਣਾ ਹੈ ਇਹ ਉਹ ਰਸਤਾ ਸਾਨੂੰ ਪੜਾਉਣ ਲੱਗਾ ਤੇ ਉਸ ਰਸਤਾ ਸਾਨੂੰ ਪੜਾਇਆ ਵੀ ਤੇ ਉਹਦਾ ਫਿਰ ਬਾਅਦ ਦੇ ਵਿੱਚ ਸਾਨੂੰ GR ਵੀ ਦਿੱਤੇ ਤੇ ਤੀਸਰੇ ਦਿਨ ਫਿਰ ਸਾਨੂੰ ਇਹਨੇ ਲਾਚਿੰਗ ਦਾ ਸਮਾਨ ਦਿੱਤਾ ਜਿਹਦੇ ਵਿੱਚ 1K-47 ਸੀ 5 ਮੈਗਜ਼ਨ ਸਨ 2 ਗ੍ਰਨੇਡ ਸਨ GR ਸਨ ਤੇ 5-5 ਸ਼ੈਲ ਸਨ ਤੇ GPS ਸੀ ਕੰਪਾਸ ਸੀ ਤੇ ਮੈਟਰ ਸ਼ੀਟ ਸੀ ਤੇ ਨਕਸ਼ੇ ਦੀ ਇੱਕ ਸ਼ੀਟ ਦਿੱਤੀ ਤੇ ਇੱਕ ਵਾਇਰਲੈਸ ਸੈੱਟ ਦਿੱਤਾ ਤੇ ਉਸ ਤੋਂ ਬਾਅਦ ਸਾਨੂੰ ਕੱਪੜੇ ਦਿੱਤੇ ਜੈਕਟ ਤੇ ਪਿੱਟੂ ਵੀ ਦਿੱਤਾ ਤੇ ਇੱਕ ਪੋਚ ਵੀ ਦਿੱਤਾ ਇਹ ਸਮਾਨ ਦੇਣ ਤੋਂ ਬਾਅਦ ਫਿਰ ਸਾਨੂੰ ਉਹ ਰਾਤ 10 ਵਜੇ ਯਾਨੀ ਕਿ ਬਾਦਰ ਵਾਲੇ ਲੈ ਕੇ ਆਇਆ ਤੇ ਅਸੀਂ 2-3 ਰਾਤਾਂ ਅਸੀਂ ਇਹ ਸਫ਼ਰ ਕੀਤਾ ਤੇ ਸਫ਼ਰ ਦੇ ਦੌਰਾਨ ਜਿਹੜਾ ਅਬੂ ਹੈਦਰ ਸੀ ਇਹ ਵਾਇਰਲੈਸ ਸੈੱਟ ਤੇ ਰਾਬਤਾ ਕਰਦਾ ਰਹਿੰਦਾ ਸੀ ਤੇ ਮੈਂ ਇਹਦੇ ਤੋਂ ਬਾਰਡਰ ਦੇ ਕੋਲ ਜਦੋਂ ਪਹੁੰਚੇ ਤੇ ਇਹਨੇ ਦੱਸਿਆ ਕਿ ਹਾਂ ਵੀ ਅਸੀਂ ਬਾਰਡਰ ਦੇ ਨੇੜੇ ਪਹੁੰਚ ਗਏ ਹਾਂ ਤੇ ਮੈਂ ਇਹਦੇ ਪੁੱਛਿਆ ਕਿ ਹੈਦਰ ਭਾਈ ਅਗਰ ਇੰਡੀਆ ਦੀ ਫੌਜ ਨੇ ਭਾਰਤ ਦੀ ਫੌਜ ਨੇ ਅਗਰ ਫਾਇਰ ਕਰ ਦਿੱਤਾ ਜਾਂ ਵੇਖ ਲਿਆ ਤੇ ਅਸੀਂ ਕੀ ਕਰਾਂਗੇ ਤੇ ਇਹਨੇ ਦੱਸਿਆ ਕਿ ਹਾਂ ਵੀ ਜਿਹੜਾ ਮੈਂ ਵਾਇਰਲੈਸ ਸੈੱਟ ਤੇ ਰਾਬਤਾ ਕਰਨਾ ਪਿਆ ਇਹ ਮੈਂ ਆਪਣੀ ਫੌਜ ਪਾਕਿਸਤਾਨ ਦੀ ਫੌਜ ਨਾਲ ਰਾਬਤਾ ਕਰਨਾ ਪਿਆ ਤੇ ਉਹ ਇਹਨਾਂ ਤੇ ਨਜ਼ਰ ਰੱਖੀ ਹੈ ਉਹਨਾਂ ਤੇ ਉਹ ਇਹਨਾਂ ਨੂੰ ਵੇਖਣ ਦੇ ਨੇ ਅਗਰ ਇਹ ਫਾਇਰ ਕਰਨਗੇ ਤੇ ਉਹ ਵੀ ਸਾਨੂੰ ਕਵਰ ਫਾਇਰ ਦੇ ਕੇ ਤੇ ਬਾਰਡਰ ਕ੍ਰਾਸ ਕਰਵਾ ਦੇਣਗੇ ਤੇ ਇਹ ਨਾਲ ਫਿਰ ਸਾਨੂੰ ਅਬੂ ਹੈਦਰ ਨੇ ਤੇ ਅਬੂ ਸਾਧ ਨੇ ਬਾਰਡਰ ਕ੍ਰਾਸ ਕਰਵਾਇਆ ਤੇ ਜਿਹੜਾ ਅਸੀਂ ਬਾਰਡਰ ਕ੍ਰਾਸ ਕੀਤਾ ਉਹ ਮੈਂ ਕੀਤਾ ਤੇ ਇੱਕ ਹੋਰ ਸੀ ਅਬੂ ਸਾਧ ਉਹਨੇ ਕੀਤਾ ਤੇ ਉਸ ਤੋਂ ਬਾਅਦ ਅਬੂ ਦਰਦਾ ਸੀ ਅਸੀਂ 3 ਬੰਦਿਆਂ ਬਾਰਡਰ ਕ੍ਰਾਸ ਕੀਤਾ ਜਦੋਂ ਅਸੀਂ ਬਾਰਡਰ ਕ੍ਰਾਸ ਕੀਤਾ ਤੇ ਜਦੋਂ ਅਸੀਂ ਅੱਗੇ ਗਏ ਤੇ ਹਰ ਜੀਆ ਤੇ ਪਹੁੰਚ ਕੇ ਇਹਨਾਂ ਨਾਲ ਰਾਬਤਾ ਕਰਦੇ ਹਾਂ ਕਿ ਹਾਂ ਵੀ ਅਸੀਂ ਇਸ ਜਗ੍ਹਾ ਤੇ ਪਹੁੰਚ ਗਏ ਹਾਂ ਤੇ ਅਗਰ ਰਸਤੇ ਦੇ ਵਿੱਚ ਅਸੀਂ ਆਪਣੇ ਜਿਹੜਾ ਲਸ਼ਕਰ ਤੈਬਾ ਦਾ ਆਪਰੇਸ਼ਨ ਰੂਮ ਹੈ ਜਿਹਨੂੰ ਅਲਫਾ 3 ਕਹਿੰਦੇ ਹਾਂ ਤੇ ਉਹਦੇ ਨਾਲ ਰਾਬਤਾ ਕਰਦੇ ਹਾਂ ਤੇ ਉਹ ਸਾਨੂੰ ਹਮੇਸ਼ਾ ਯਾਨੀ ਕਿ ਹੌਸਲਾ ਅਫਜ਼ਾਈ ਕਰਦਾ ਹੈ ਸਾਡੇ ਕਿ ਜਿਹੜੇ ਤੁਹਾਡੇ ਤੋਂ ਪਹਿਲੇ ਭੇਜੇ ਹੋਏ ਬੰਦੇ ਨੇ ਭਾਈ ਨੇ ਤੁਹਾਡੇ ਉਹ ਵੀ ਯਾਨੀ ਕਿ ਆਪਣਾ ਕੰਮ ਕਰਦੇ ਪਏ ਨੇ ਤੇ ਬਹੁਤ ਕਾਮਯਾਬ ਹੋ ਰਹੇ ਨੇ ਤੇ ਇਹ ਕਹਿੰਦਾ ਕਿ ਹਾਂ ਵੀ ਸਾਡੇ ਜਿੰਨੇ ਮਜ਼ਾਜ ਨੇ ਸਾਰੇ ਇੰਡੀਆ ਦੇ ਵਿੱਚ ਫੈਲ ਗਏ ਨੇ ਤੇ ਹੁਣ ਅਸੀਂ ਕਾਮਯਾਬ ਹੋ ਰਹੇ ਹਾਂ ਤੇ ਇਹ ਸਾਨੂੰ ਦੱਸਦੇ ਤੇ ਰਸਤੇ ਦੇ ਵਿੱਚ 6-7 ਦਿਨ ਦਾ ਅਸੀਂ ਸਫ਼ਰ ਕੀਤਾ ਤੇ ਇੱਕ ਰਸਤੇ ਦੇ ਵਿੱਚ ਪਿੰਡ ਆਇਆ ਜਿਹਦਾ ਨਾਮ ਵੱਡਰ ਸੀ ਉਸ ਪਿੰਡ ਦੇ ਕੋਲ ਅਸੀਂ ਆਪਣਾ ਸਮਾਨ ਰਾਤ ਆਪਣਾ ਸਮਾਨ ਚੈੱਕ ਕੀਤਾ ਤੇ ਜਿਹੜਾ ਸਾਡਾ ਅਮੀਰ ਸੀ ਸਾਧ ਸੀ
ਤੇ ਮੈਂ ਆਪਣੀ ਮੈਟਰ ਸ਼ੀਟ ਕੱਢੀ ਤੇ ਮੈਂ ਇਹਦੇ ਤੋਂ ਇਹ ਪੁੱਛਿਆ ਕਿ ਸਾਹਿਬ ਭਾਈ ਜਿਹੜੇ ਸ਼ਹਿਰਾਂ ਦੇ ਨਾਮ ਜਾਂ ਇਲਾਕਿਆਂ ਦੇ ਨਾਮ ਲਿਖੇ ਨੇ, ਜਿਸ ਤਰ੍ਹਾਂ ਜੰਮੂ ਹੋ ਗਿਆ, ਸ੍ਰੀਨਗਰ ਹੋ ਗਿਆ, ਉਧਮਪੁਰ ਹੋ ਗਿਆ, ਦਿੱਲੀ ਹੋ ਗਿਆ, ਤੇ ਇਹ ਕਿਉਂ ਲਿਖੇ ਨੇ? ਇਹਨੇ ਦੱਸਿਆ ਕਿ ਹਾਂ ਬਈ ਇਹ ਇਸ ਕਰਕੇ ਲਿਖੇ ਨੇ ਕਿ ਅਗਰ ਸਾਨੂੰ ਕਿਸੇ ਵੀ ਇਲਾਕੇ ਦੇ ਵਿੱਚ ਭੇਜਣਗੇ, ਜਿਸ ਤਰ੍ਹਾਂ ਅਸੀਂ ਅਲਪਤਰੀ ਨਾਲ ਰਾਬਤਾ ਕਰਦੇ ਹਾਂ, ਤੇ ਅਗਰ ਸਾਨੂੰ ਜਿਸ ਇਲਾਕੇ ਚ ਭੇਜੇਗਾ ਤੇ ਉੱਥੇ ਜਾ ਕੇ ਸਾਨੂੰ ਹਮਲਾ ਕਰਨਾ ਪਵੇਗਾ, ਤੇ ਇਹ ਸਾਨੂੰ ਦੱਸਿਆ। ਤੇ ਇਸ ਤੋਂ ਬਾਅਦ ਇੱਕ ਦਿਨ ਮੈਂ ਥੱਲੇ ਮਟਰ ਪਿੰਡ ਦੇ ਵਿੱਚ ਖਾਣਾ ਲੈ ਕੇ ਗਿਆ ਤੇ ਪਹੁੰਚੇ ਤੇ ਅਚਾਨਕ ਹੀ ਫਾਇਰ ਹੋ ਗਿਆ, ਤੇ ਉਸ ਤੋਂ ਬਾਅਦ ਮੈਂ ਜੰਗਲ ਦੇ ਵਿੱਚ ਦੌੜ ਗਿਆ। ਉਸ ਤੋਂ ਬਾਅਦ ਮੈਂ 8ਵੇਂ ਜੀ ਆਰ ਤੇ ਗਿਆ ਤੇ ਮੈਂ ਭੱਤਰੀ ਨਾਲ ਰਾਬਤਾ ਕੀਤਾ, ਜਿਹੜਾ ਲਸ਼ਕਰ ਸਾਹਿਬਾ ਦਾ ਪਾਕਿਸਤਾਨ ਦੇ ਵਿੱਚ ਆਪਰੇਸ਼ਨ ਰੂਮ ਹੈ, ਤੇ ਮੈਂ ਇਹਨੂੰ ਇਹ ਆਖਿਆ ਕਿ ਹਾਂ ਬਈ ਮੇਰੇ ਨਾਲ ਇਹ ਮਸਲਾ ਬਣ ਗਿਆ, ਜਿਹੜੇ ਮੇਰੇ ਦੋ ਭਾਈ ਨੇ ਉਹ ਮੇਰੇ ਤੋਂ ਵਿਛੜ ਗਏ ਨੇ, ਤੇ ਇਹਨੇ ਆਖਿਆ ਕਿ ਤੂੰ ਪਰੇਸ਼ਾਨ ਨਾ ਹੋ, ਉਹਨਾਂ ਨੂੰ ਕਿਸੇ ਹੋਰ ਭੇਜ ਦਿੱਤਾ ਹੈ, ਉਹਨਾਂ ਨੂੰ ਕੋਈ ਹੋਰ ਕੰਮ ਦੱਸਿਆ ਉਹ ਉੱਥੇ ਚਲੇ ਗਏ ਨੇ, ਤੇ ਤੂੰ ਕੁਝ ਹੋਰ ਦਿਨ ਇੰਤਜ਼ਾਰ ਕਰ ਤੇ ਤੈਨੂੰ ਵੀ ਕੰਮ ਦੱਸਾਂਗੇ। ਤੇ ਇਹਨੇ ਜਦੋਂ ਮੈਨੂੰ ਖਾਣੇ ਦੀ ਜ਼ਰੂਰਤ ਹੁੰਦੀ ਤੇ ਮੈਂ ਇਹਨੂੰ ਇਹ ਦੱਸਿਆ ਕਿ ਹਾਂ ਤੇ ਮੈਨੂੰ ਖਾਣੇ ਦੀ ਜ਼ਰੂਰਤ ਹੈ, ਤੇ ਇਹਨੇ ਮੇਰੇ ਖਾਣੇ ਦਾ ਵੀ ਇੰਤਜ਼ਾਮ ਕਰ ਦਿੱਤਾ। ਉਸ ਤੋਂ ਬਾਅਦ ਮੈਂ ਇਹ ਤੋਂ ਬਾਅਦ ਇਹਦੇ ਨਾਲ ਰਾਬਤਾ ਕੀਤਾ ਤੇ ਇਹਨੇ ਇਹ ਦੱਸਿਆ ਕਿ ਇੱਕ ਸਾਡਾ ਜਿਹੜਾ ਭਾਈ ਸੀ, ਮੁਜਾਹਦ ਸਾਥੀ ਸੀ, ਉਹ ਸ੍ਰੀਨਗਰ ਦੇ ਵਿੱਚ ਮਾਰੇ ਗਿਆ, ਉਹਦਾ ਬੁਰਹਾਨ ਵਾਲੀ ਉਹਦਾ ਨਾਮ ਸੀ, ਤੇ ਉਹ ਮਾਰਿਆ ਗਿਆ ਤੇ ਉਹਦੀ ਵਜ੍ਹਾ ਤੋਂ ਕਸ਼ਮੀਰ ਦੇ ਜਿਹੜੇ ਹਾਲਾਤ ਨੇ ਉਹ ਖਰਾਬ ਹੋ ਗਏ ਨੇ, ਤੇ ਜਿਹੜੇ ਲੋਕ ਨੇ ਉਹ ਬਾਹਰ ਨਿਕਲ ਕੇ ਯਾਨੀ ਕਿ ਪਥਰਾਓ ਕਰਦੇ ਪਏ ਨੇ ਇੰਡੀਅਨ ਆਰਮੀ ਤੇ ਪੁਲਿਸ ਤੇ, ਤੇ ਇਸ ਤਰ੍ਹਾਂ ਯਾਨੀ ਕਿ ਮਾਹੌਲ ਖਰਾਬ ਹੋ ਗਿਆ, ਹਾਲਾਤ ਖਰਾਬ ਨੇ, ਤੇ ਜਿਹੜੇ ਸਾਡੇ ਪਹਿਲੇ ਆਏ ਹੋਏ ਸਾਥੀ ਨੇ ਉਹਨਾਂ ਨੂੰ ਯਾਨੀ ਕਿ ਤੇਰੇ ਨਾਲ ਹੀ ਕੰਮ ਦੱਸਿਆ ਤੇ ਤੈਨੂੰ ਵੀ ਹੁਣ ਕੰਮ ਦੱਸਣ ਲੱਗੇ ਹਾਂ, ਤੇ ਜਿਹੜੇ ਤੇਰੇ ਕੋਲ ਦੋ ਹੱਥ ਗ੍ਰਨੇਡ ਨੇ ਇਹ ਲੈ ਕੇ ਤੇ ਜਲਸੇ ਜਲੂਸਾਂ ਦੇ ਵਿੱਚ ਸ਼ਾਮਿਲ ਹੋ। ਤੇ ਮੈਂ ਇਹ ਪੁੱਛਿਆ ਕਿ ਬਈ ਇਹ ਲੈ ਕੇ ਤੇ ਕੀ ਕਰਨਾ ਹੈ? ਇਹਨੇ ਇਹ ਦੱਸਿਆ ਕਿ ਹਾਂ ਬਈ ਜਿਹੜੀ ਇੰਡੀਅਨ ਆਰਮੀ ਹੈ ਜਾਂ ਪੁਲਿਸ ਹੈ ਉਹਦੇ ਉੱਤੇ ਸੱਟ, ਜਦੋਂ ਇਹ ਚੱਲਣਗੇ ਹੋਰ ਯਾਨੀ ਕਿ ਤਪਰਕਾਬਾਜ਼ੀ ਹੋਏਗੀ, ਹੋਰ ਦੰਗਾ ਫਸਾਦ ਹੋਏਗਾ ਤੇ ਮਾਹੌਲ ਹੋਰ ਖਰਾਬ ਹੋਏਗਾ। ਤੇ ਮੈਂ ਇਹ ਦੋ ਤਿੰਨ ਮਰਤਬਾ ਕੋਸ਼ਿਸ਼ ਕੀਤੀ ਮਗਰ ਮੈਂ ਇਹਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਤੇ ਉਸ ਤੋਂ ਬਾਅਦ ਇੱਕ ਦਿਨ ਮੈਂ ਫਿਰ ਦੁਬਾਰਾ ਜਾ ਰਿਹਾ ਸਾਂ ਕਿ ਹਾਂ ਵੀ ਜਲਸਾ ਕੀਤੇ ਆ ਜਾਂ ਜਲੂਸ ਕੀਤੇ ਹੋਣਾ, ਤੇ ਅਚਾਨਕ ਹੀ ਮੈਨੂੰ ਪੁਲਿਸ ਵਾਲਿਆਂ ਬੁਲਾ ਲਿਆ ਤੇ ਇਹਨਾਂ ਮੇਰੇ ਯਾਨੀ ਕਿ ਤਲਾਸ਼ੀ ਕੀਤੀ, ਇਹਨਾਂ ਪੁੱਛਗਛ ਕੀਤੀ ਤੇ ਉਹਦੇ ਵਿੱਚ ਮੇਰੇ ਕੋਲ ਉਸ ਟਾਈਮ ਵਾਇਰਲੈਸ ਸੈੱਟ, ਮੈਟਰਿਕ ਸ਼ੀਟ ਤੇ ਜੀ ਪੀ ਐਸ ਨਿਕਲਿਆ। ਉਸ ਤੋਂ ਬਾਅਦ ਮੈਨੂੰ ਥਾਣੇ ਦੇ ਵਿੱਚ ਲੈ ਗਏ ਤੇ ਇਹਨਾਂ ਉੱਥੇ ਲਿਜਾ ਕੇ ਫਿਰ ਮੇਰੇ ਤੋਂ ਪੁੱਛਗਛ ਕੀਤੀ ਤੇ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਲਸ਼ਕਰ ਦਾ ਬੰਦਾ ਵਾਂ ਤੇ ਮੈਂ ਪਾਕਿਸਤਾਨੀ ਹਾਂ, ਤੇ ਇਹਨਾਂ ਬਾਅਦ ਦੇ ਵਿੱਚ ਮੇਰੇ ਤੋਂ ਅਸਲੇ ਦੇ ਬਾਰੇ ਪੁੱਛਿਆ ਕਿ ਹਾਂ ਵੀ ਤੇਰਾ ਅਸਲਾ ਸਮਾਨ ਕਿੱਥੇ ਆ। ਮੈਂ ਇਹਨਾਂ ਨੂੰ ਆਖਿਆ ਕਿ ਜਿੱਥੇ ਮੈਂ ਰਹਿੰਦਾ ਮੈਂ ਉੱਥੇ ਉਹਨੂੰ ਲਗਾ ਕੇ ਆ ਗਿਆ ਵਾਂ, ਤੇ ਇਹਨਾਂ ਨੇ ਫਿਰ ਮੈਨੂੰ ਨਾਲ ਇਹਨਾਂ ਦੀ ਟੀਮ ਗਈ ਪੁਲਿਸ ਦੀ ਇੱਕ, ਤੇ ਉੱਥੋਂ ਜਾ ਕੇ ਸਮਾਨ ਲਿਆਂਦਾ ਤੇ ਜਿਹੜਾ ਸਮਾਨ ਮੇਰੇ ਤੋਂ ਬਰਾਮਦ ਹੋਇਆ ਜਿਹੜਾ ਮੈਂ ਇਹਨਾਂ ਨੂੰ ਸਮਾਨ ਦਿੱਤਾ ਉਹਦੇ 'ਚ AK-47 ਸੀ, ਉਸ ਤੋਂ ਬਾਅਦ 5 ਮੈਗਜ਼ੀਨ ਸਨ, 2 ਗ੍ਰਨੇਡ ਸੀ, ਤੇ ਉਸ ਤੋਂ ਬਾਅਦ GPS ਸੀ, ਕੰਪਾਸ ਸੀ, GL ਸੀ, ਤੇ 5 ਸ਼ੈਲ ਸਨ, ਉਸ ਤੋਂ ਬਾਅਦ ਇੱਕ ਵਾਇਰਲੈਸ ਹੈੱਡ ਸੀ। ਇਹ ਮੇਰਾ ਸਮਾਨ ਤੇ ਨਾਲ ਕੱਪੜੇ ਸਨ, ਇਹ ਮੇਰਾ ਸਮਾਨ ਇਹਨਾਂ ਨੂੰ ਮੈਂ ਜਿਹੜਾ ਆਪਣਾ ਬਰਾਮਦ ਕਰਵਾ ਚੁੱਕਿਆ, ਇਹ ਸਾਰਾ ਸਮਾਨ ਮੈਂ ਪੁਲਿਸ ਨੂੰ ਦੇ ਦਿੱਤਾ ਹੈ।